अज गुरु नानक की दसवीं जोत मालवे की धरती नूं भाग लांदे फरमा रहे ने
सब तो उत्तम मालवा देश खुश हो बोले श्री दशमेश आड़ू अंब काकड़ी डेला ए बाग बनेगे जंगल बेला सुन डले ना मन्नी हासी ए सबो तेरी गुरु की काशी समा आएगा भाई डलिया तेरे दे विच इना प्यार है इना सत्कार है दमदमा साहब ते गुरु नानक की काशी बन जाएगी जेड़ा इथों दे दीदार ते इथों दे चरणा की खाक नु प्राप्त कर लवेगा सचमुच उस नु गुरु नानक की अकल प्रदान होएगी बच्चन गुरु गोबिंद सिंह ने कहे डले की श्रद्धा नु ताके महाराज ने इत्थे ही गुरु ग्रंथ साहिब दी पावन पवित्र बीड दूजी वार लिखाउण दा मन बनाया क्यों कि जेड़ी बीड गुरु अर्जन देव साहिब जी ने भाई गुरदास जी पासों लिखवाई है उस बीड विच गुरु तेग बहादुर साहिब दी बाणी दे शब्द दर्ज नहीं उन्हां शब्द ते श्लोकां नूं दर्ज करन वास्ते महाराज जी ने भाई मनी सिंह ते बाबा दीप सिंह जी नूं लिखारी लगाया है गुरबाणी लिखाउंदिआं लिखाउंदिआं हजूर ने मन बनाया कि उन्हां अपने महलां नूं सुंदर कौर ते साहिब कौर नूं दिल्ली तों बुलाया जाए हजूर ने हुक्म कीता जगत माता सुंदर कौर ते साहिब कौर आए जदों उस सापो की तलवंडी दे नजदीक आए ना किसी प्रेमी ने माता सुंदर कौर नूं कह दिता मां जेडे चार लाल तुसी गुरु गोबिंद सिंह नूं दे के गए सी ना जदों सरसा दे कंढे परिवार विछोड़ा पिया ਉਹ ਚਾਰੇ ਤੁਹਾਡੇ ਲਾਲ ਇਸ ਦੁਨੀਆਂ ਵਿੱਚ ਨਹੀਂ ਰਹੇ ਉਹ ਸ਼ਹੀਦ ਹੋ ਗਏ ਨੇ ਸਾਧ ਸੰਗਤ ਹੈ ਕੋਈ ਦੁਨੀਆਂ ਦੀ ਐਸੀ ਮਾਂ ਜਿਸ ਨੂੰ ਕੋਈ ਬੰਦਾ ਸੁਨੇਹਾ ਦੇਵੇ ਮਾਂ ਤੇਰਾ ਪੁੱਤਰ ਦੁਨੀਆਂ ਵਿੱਚ ਨਹੀਂ ਰਿਹਾ ਦੁਨੀਆਂ ਦੀ ਕੋਈ ਮਾਂ ਸੰਸਾਰ ਦੀ ਹਰ ਗੱਲ ਸੁਣ ਕੇ ਭਰਾਓ ਬਰਦਾਸ਼ਤ ਕਰ ਸਕਦੀ ਹੈ ਲੇਕਿਨ ਕਿਸੇ ਮਾਂ ਦਾ ਪੁੱਤਰ ਦੁਨੀਆਂ ਤੇ ਆ ਕੇ ਅਗਲੇ ਜਹਾਨ ਨੂੰ ਤੁਰ ਜਾਏ ਸੰਸਾਰ ਦੀ ਕੋਈ ਮਾਂ ਇਸ ਤਰ੍ਹਾਂ ਦੀ ਖਬਰ ਸੁਣ ਵਾਸਤੇ ਤਿਆਰ ਨਹੀਂ ਲੇਕਿਨ ਸਿੱਖ ਨੇ ਕਿਹਾ ਮਾਂ ਤੇਰੇ ਚਾਰੇ ਪੁੱਤਰ ਦੁਨੀਆਂ ਵਿੱਚ ਨਹੀਂ ਰਹੇ ਉਹ ਸ਼ਹੀਦ ਹੋ ਗਏ ਨੇ ਪਹਿਲੋਂ ਤਾਂ ਮਾਂ ਦੀ ਮਮਤਾ ਦਾ ਦਿਲ ਭਰਿਆ ਫਿਰ ਆਤਮਾ ਵਿੱਚੋਂ ਆਵਾਜ਼ ਆਈ ਸੁੰਦਰ ਕੌਰ ਤੂੰ ਸਿੱਖ ਦੀ ਗੱਲ ਉੱਤੇ ਵਿਸ਼ਵਾਸ ਨਾ ਕਰੀ ਗੁਰੂ ਮਹਾਰਾਜ ਦੇ ਦੀਦਾਰ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰ ਬਿੰਦ ਤੋਂ ਪੁੱਛੀ ਹਜ਼ੂਰ ਦਾ ਦਰਬਾਰ ਸਜਿਆ ਇੱਕ ਪਾਸੇ ਭੈਣਾਂ ਬੈਠੀਆਂ ਨੇ ਦੂਜੇ ਪਾਸੇ ਵੀਰ ਬੈਠੇ ਨੇ ਮਾਤਾਵਾਂ ਨੇ ਗੱਜ ਕੇ ਫਤਿਹ ਬੁਲਾਈ ਮਾਤਾ ਸੁੰਦਰ ਕੌਰ ਨੇ ਚਾਰ ਚੁਫੇਰੇ ਤੱਕਿਆ ਕਿ ਬਾਬਾ ਅਜੀਤ ਸਿੰਘ ਦੌੜ ਕੇ ਆਏਗਾ ਮੇਰਾ ਹੀਰਿਆਂ ਨਾਲੋਂ ਮਹਿੰਗਾ ਜੁਝਾਰ ਆਏਗਾ ਜੋਰਾਵਰ ਸਿੰਘ ਆਏਗਾ ਮਾਤਾ ਸੁੰਦਰ ਕੌਰ ਨੇ ਕਿਹਾ ਜਦੋਂ ਛੋਟਾ ਜਿਹਾ ਫਤਿਹ ਸਿੰਘ ਆਇਆ ਨਾ ਉਸਨੇ ਮੇਰੀਆਂ ਲੱਤਾਂ ਨਾਲ ਚੰਬੜ ਕੇ ਕਹਿਣਾ ਅੰਮਾ ਤੁਸੀਂ ਇੰਨੀ ਦੇਰ ਕਿੱਥੇ ਰਹੇ ਤੁਹਾਨੂੰ ਆਪਣੇ ਫਤਿਹ ਸਿੰਘ ਦਾ ਪਤਾ ਨਹੀਂ ਸੀ ਕਿ ਉਹ ਰੁੱਸ ਪੈਂਦਾ ਹੈ ਤੇ ਮੈਂ ਉਹਨਾਂ ਨੂੰ ਬੁਲਾਉਣਾ ਹੈ ਲੇਕਿਨ ਫਤਿਹ ਸਿੰਘ ਤਾਂ ਆਇਆ ਹੀ ਨਹੀਂ ਸਤਿਗੁਰੂ ਨੂੰ ਫਤਿਹ ਬੁਲਾ ਕੇ ਮਾਤਾ ਸੁੰਦਰ ਕੌਰ ਨੇ ਕਿਹਾ ਸਤਿਗੁਰੂ ਮੇਰੇ ਹੀਰਿਆਂ ਨਾਲੋਂ ਮਹਿੰਗੇ ਚਾਰ ਲਾਲ ਕਿੱਥੇ ਗਵਾ ਆਏ ਹੋ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਡੀ ਤਰਫ਼ ਆਪਣੀ ਪੂਜਾ ਉਠਾ ਕੇ ਕਿਹਾ ਸੀ ਸੁੰਦਰ ਕੌਰ ਇਨ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁਤ ਚਾਰ ਚਾਰ ਮੂਏ ਤੋਂ ਕਿਆ ਭਇਆ ਐ ਜੀਵਤ ਕਈ ਹਜ਼ਾਰ ਸੁੰਦਰ ਕੌਰ ਦੁਨੀਆਂ ਦੇ ਲੋਕ ਆਪਣੇ ਪੁੱਤਰਾਂ ਦੇ ਸਿਰਾਂ ਤੋਂ ਮਾਇਆ ਦੇ ਨੋਟ ਵਾਰਦੇ ਪਰ ਮੈਂ ਇਹਨਾਂ ਪੁੱਤਰਾਂ ਤੋਂ ਤੇਰੇ ਲਾਲ ਵਾ ਕੇ ਸਦਾ ਵਾਸਤੇ ਕੁਰਬਾਨ ਕਰ ਦਿੱਤੇ ਸੁੰਦਰ ਕੌਰ ਮੈਂ ਤੇਰੇ ਬੱਚਿਆਂ ਦੀ ਆਂਦਰਾਂ ਦਾ ਰੁਮਾਲ ਬਣਾ ਕੇ ਕੌਮ ਦੇ ਚਿਹਰੇ ਉੱਤੇ ਫੇਰ ਦਿੱਤਾ ਯਾਦ ਰੱਖੀ ਤੇਰੇ ਪੁੱਤਰ ਸਦਾ ਵਾਸਤੇ ਅਮਰ ਰਹਿਣਗੇ ਸਤ ਸੰਗਤ ਸਾਰੀ ਸੰਗਤ ਦਾ ਮਨ ਪਾਰ ਆਇਆ ਤ੍ਰਿਪਤ ਦੇ ਪੱਖਾਂ ਵਿੱਚ ਜੋ ਹੰਝੂ ਚੱਲਦੇ ਭਾਈ ਡੱਲੇ ਨੇ ਮਨ ਵਿੱਚ ਸੋਚਿਆ ਵੀ ਗੱਲ ਚੰਗੀ ਨਹੀਂ ਹੋਈ ਜੇ ਕਿਤੇ ਮਹਾਰਾਜ ਮੈਨੂੰ ਚਮਕੌਰ ਦੇ ਮੈਦਾਨੀ ਜੰਗ ਵਿੱਚ ਬੁਲਾ ਲੈਂਦੇ ਮੇਰੇ ਜੰਗੀ ਜਵਾਨ ਉੱਥੇ ਜਾਂਦੇ ਵੈਰੀ ਨੂੰ ਲੋਹੇ ਦੇ ਚਨੇ ਚਬਾਉਂਦੇ ਪਰ ਮਹਾਰਾਜ ਦੇ ਦੋ ਸਾਹਿਬਜ਼ਾਦੇ ਸ਼ਹੀਦ ਤਾਂ ਨਾ ਹੁੰਦੇ ਉਹ ਜਿਉਂਦੇ ਜਾਗਦੇ ਰਹਿੰਦੇ ਉਹ ਆਪਣੇ ਮਾਤਾ ਪਿਤਾ ਦੇ ਆਗਿਆਕਾਰੀ ਹੁੰਦੇ ਇਸ ਭਾਵਨਾ ਨੂੰ ਮੁੱਖ ਰੱਖ ਕੇ ਸ਼ਰਧਾ ਵਾਂਗ ਸ਼ਰਧਾ ਨੂੰ ਭਾਈ ਡੱਲੇ ਨੇ ਪਾਇਆ ਗੱਲ ਚ ਪੱਲਾ ਦੋਵੇਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਸ਼ਰਧਾ ਨੂੰ ਜ਼ਾਹਰ ਕਰਦਾ ਹੋਇਆ ਇੱਕ ਬੇਨਤੀ ਸਤਿਕਾਰ ਨਾਲ ਦੇ ਐਂ ਕਰਦਾ ਹੈ ਵੇ
प्राण पुत्र ਸਮਾਂ ਪੂਰਾ ਹੋ ਰਿਹਾ ਹੈ।
ज्यादा व्याख्या न करा केवल लास्ट वार कह के असि तुहाडे कोलों नियत कीते हुए समय दे दायरे विच रह के खिमा मंग लैनी है। धन्नवाद है आप सारियां समुचियां संगतां दा देवतियां दी तरह समाधि ला के सुबह तो लैके हुण तक बड़े अदर सत्कार नाल गुरदेव दी गोद बैठ के गुरदेव दीआं रहमतां प्राप्त कर रहे हो। बाणी विच इक भजन आया है, धन सुराग सुरंगड़े अलापत सब दिख जाए। धन है संत बाबा सुच्चा सिंह जी गुरबाणी के बचना के आधार उत्ते अज सुरंगी का राग गुरु नानक देव दीआं संगतां नूं सुना रहे हैं। लेकिन उही बंदा इसकी खोज करेगा ना जिहदे उत्ते गुरु नानक देव साहिब जी की रब्बी रहमत है। गुरबाणी तां असीं हर रोज पढ़ी जाने हैं लेकिन इस नूं विचारना बहुत दूर की बात है। हर बंदा ना विचार सकता है ना विचार के मन में वसा सकता है। हजूर के बचन ने सुनिया मनिया मन कीता पाओ, सुनो भी मनो भी फिर मन में वसाओ, गुरु की रहमत तां प्राप्त होगी। खैर मैं अर्ज करिया सी कि भाई डल्ला अपने फौजी कैंप नूं तुरिया जा रहा है। वह कहता भी गुरु ने अनोखा सवाल पा दिता, इदा का भी कोई बंदा होगा जेड़ा जान बुझ के न्यायी मुद्दे मरण वास्ते तैयार हो। खैर अपने जवाना को गया, उन्होंने इनकार कर दिया, वापस आया। महाराज कहते भाई डल्या चल जे तेरे जंगी जवान नहीं मने तू सामने खलो जा, देखिए भला तेरी हिक विच गोली सल पा के पार लंघ दी है कि नहीं। असल में महाराज कोई गोली थोड़ा चलानी सी कि उसकी जान थोड़ा लेनी सी। महाराज ने तो भाई डल्ले के हिरदे विच होमे कढ़ के उसनू कुंदन बनाउणा है, होर कोई गल नहीं। भाई डल्ला कहता महाराज सच जानते हो, खुदा की कृपा द्वारा मैं दुनिया दौलत रियासत का मालिक खुदा ने बनाया है, अन्यायी मुद्दे मरण वास्ते तो मेरा भी दिल नहीं करता। जदों भाई डल्ले ने कहा ना महाराज अन्यायी मुद्दे मरण वास्ते दिल मेरा भी नहीं करता, महाराज जी मुस्कुराए। जे कि अजकल के जमाने का कोई गुरु होंदा ते तलखी में आ जाता गुस्से में आ जाता। महाराज ने कहा भाई डल्या असी अपनी जिंदगी में तेरे वर्गा नेक इंसान अज पहली बार तक है। जदों ये गल कही मिसल शहीदा के जथेदार सिंह साहब बाबा दीप सिंह नजदीक खड़े ने, वो कहता महाराज एक पासे का डल्ला आपका हुक्म नहीं मारिया, दूजे पासे वड्याई किस गल दी। महाराज ने कहा इसलिए कि दुनिया के लोग गलतियां करते ने गुनाह करते ने फिर पर्दे पा के छुपाना शुरू कर देंगे। किसी बंदे के मन च कमजोरी आ जाए खालसा जी वो अपनी कमजोरी मनन वास्ते तैयार नहीं। महाराज ने कल क्या डल्या तू इस वास्ते खरा इंसान है, तेरे मन च कमजोरी आई है लेकिन तू कमजोरी प्रवान कर ली है। भाओ जेड़ा बंदा अपने मन च आई हुई कमजोरी प्रवान कर ले सचमुच दुनिया च नेक इंसान है। महाराज ने कहा डल्ला जी ऐ गुरु नानक के दरबार च कोई मजबूरियां नहीं, इतने तो भाई प्यार के सौदे ने। बाणी विच वचन आया साच कहो सुन ले हो सब जिन प्रेम कियो ते नहीं प्रभु पायो। असी अपने सिंह नूं बुला लिए ते तेरे जंगी जवान नहीं मन्ने। हां महाराज तुसी अपना कोई बंदा बुला लो। हजूर ने हुक्म कीता आवाज दित्ती, दो सिंह दौड़ के आए, एक है भाई धीर सिंह दूजा भाई वीर सिंह। महाराज नूं फतेह बुलाई। महाराज ने कहा खालसा जी असी तां एक सिंह नूं बुलाया तुसी दो क्यों आए हो। एक कहिंदा महाराज मैं घोड़े नूं खरखरा कर रिहा सी ते तुहाडा हुक्म सुन के दौड़ आया। भाई वीर सिंह कहिंदा महाराज मैं तां दस्तार सजा रिहा सी हद कोई शक नहीं दो खिलो जाओ। भाई धीर सिंह अगे वीर सिंह अगे खड़ा है। महाराज ने कहा खालसा जी लो हम तुहाडे सामने बंदूक की गोली आई है देखनी है भला छाती विच सल पा के पार लंघ दी है कि नहीं। जिहड़ा वीर सिंह मगर खड़ा है ना उसने सोचा बई जे कि अगले सिंह की हिक गोली लग के ठंडी हो गई मैं तो भागा ना जरा शहीद ना हो सकांगा। वो पिछों अगे अगे आ गया ते जेड़ा पिछे रह गया उहदे अगे आ गया। इदां करदे करदे शहीद होने वास्ते महाराज की बंदूक की नाली दे बिल्कुल नजदीक आ गया। महाराज ने कहा खालसा जी इदां ना करो पिछे जाके खड़ जाओ, हुक्म है जेड़ा पिछे खड़ा है सिंह पिछे खड़ा रहे, जेड़ा अगे अगा खड़ा रहे साडा हुक्म है। यह बंदूक की गोली आ रही है। जदों ये शब्द कहे उन्होंने सिंह ने सतनाम ते वाहिगुरु का जाप किया, उन्होंने सुरती गुरु गोबिंद सिंह के चरणों ने जोड़ी। महाराज ने उठाई बंदूक गुरबाणी का शब्द पढ़िया। महाराज ने कहा दुकान पढ़ना सी दयालंग सरूपे सदायन संगे अपनन बबूते कह के गुरु गोबिंद सिंह महाराज ने बंदूक का परमावार
ਡਰ ਦੀ ਆਵਾਜ਼ ਆਈ ਹੈ। ਹਜ਼ੂਰ ਨੇ ਫੈਰ ਹਵਾਈ ਕਰ ਦਿੱਤਾ, ਨੀਅਤ ਕੀਤਾ ਹੋਇਆ ਸਮਾਂ ਸੰਪੂਰਨ ਹੋ ਗਿਆ। ਧੰਨਵਾਦ ਹੈ ਸਿੱਖ ਕੌਮ ਦੇ ਮਹਾਨ ਵਿਦਵਾਨ ਗਿਆਨੀ ਦਇਆ ਸਿੰਘ ਜੀ ਦਿਲਬਰ ਪੂਜਨੀਕ ਉਸਤਾਦ ਸਾਹਿਬ ਅਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਢਾਡੀ ਸਭਾ ਦੇ ਪ੍ਰਧਾਨ ਸਾਹਿਬ ਵੀ ਕੁਲਜੀਤ ਸਿੰਘ ਜੀ ਦਿਲਬਰ ਸਾਹਿਬ, ਜਿਨ੍ਹਾਂ ਨੂੰ ਮਹਾਂਪੁਰਸ਼ਾਂ ਨੇ ਡਿਊਟੀ ਲਗਾਈ ਸੀ ਕਿ ਟਕਸਾਲ ਜਵੱਦੀ ਕਲਾਂ ਵਿਖੇ ਜੋ ਢਾਡੀ ਦਰਬਾਰ ਹੋ ਰਿਹਾ ਹੈ ਇਸ ਦੀ ਜ਼ਿੰਮੇਵਾਰੀ ਤੁਹਾਨੂੰ ਸੌਂਪੀ ਹੈ। ਉਹ ਬੜੀ ਦਿਆਨਤਦਾਰੀ ਨਾਲ ਇਹ ਸਾਰੀ ਡਿਊਟੀ ਭੁਗਤਾ ਕੇ ਗੁਰਦੇਵ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਨੇ, ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅਤੇ ਪੰਥ ਦੀ ਮਾਇਆ ਨਾਲ ਹਸਤੀ ਮੇਰੇ ਸਤਿਕਾਰਯੋਗ ਵੱਡੇ ਵੀਰ ਭਾਈ ਤਰਲੋਚਨ ਸਿੰਘ ਜੀ ਭੁਮੱਦੀ ਸਾਹਿਬ, ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਆਪਣੀ ਮਿਸਾਲ ਆਪ ਹੈ। ਅੱਜ ਦੀ ਸਟੇਜ ਸੰਚਾਲਕੀ ਦੀ ਡਿਊਟੀ ਵੀ ਇਹਨਾਂ ਨੂੰ ਮਹਾਂਪੁਰਸ਼ਾਂ ਵੱਲੋਂ ਦਿਲਬਰ ਜੀ ਵੱਲੋਂ ਸੌਂਪੀ ਗਈ ਹੈ। ਬੜੀ ਇਮਾਨਦਾਰੀ ਫਤਿਹ।